ਬੀਤੇ ਦਿਨੀ ਕਾਂਗਰਸ ਦੇ ਸਾਬਕਾ ਯੂਥ ਪ੍ਰਧਾਨ ਅਮਨਦੀਪ ਸਿੰਘ ਗੋਸੂ ਦਾ ਨਾਲ ਦੇਹੀ ਸਾਥੀ ਧਰਮਜੀਤ ਸਿੰਘ ਸੋਨੀ ਨੇ ਹੀ ਕਤਲ ਕਰ ਦਿੱਤਾ। DSP ਨਾਭਾ ਵਰਿੰਦਰਜੀਤ ਸਿੰਘ ਨੇ ਦਿੱਤੀ ਜਾਣਕਾਰੀ। ਉਹਨਾਂ ਨੇ ਕਿਹਾ ਕਿ ਨਾਭਾ ਕੋਤਵਾਲੀ ਵਿੱਚ ਧਰਮਜੀਤ ਸੋਨੀ ਦੇ ਖਿਲਾਫ 302 ਮਾਮਲਾ ਦਰਜ ਕੀਤਾ ਗਿਆ। DSP ਨੇ ਕਿਹਾ ਕਿ ਇਹਨਾਂ ਦੋਨਾਂ ਦਾ ਪ੍ਰਾਪਰਟੀ ਦਾ ਕੋਈ ਰੌਲਾ ਪਿਆ ਸੀ, ਜਿਸ ਕਰਕੇ ਧਰਮਜੀਤ ਸਿੰਘ ਸੋਨੀ ਨੇ ਗੋਸੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। DSP ਨੇ ਕਿਹਾ ਕਿ ਅਜੇ ਦੋਸ਼ੀ ਫਰਾਰ ਹੈ ਅਤੇ ਬਾਕੀ ਤਫਤੀਸ਼ ਫੜੇ ਜਾਣ ਤੋਂ ਬਾਅਦ ਹੀ ਕੀਤੀ ਜਾਵੇਗੀ। ਇਹ ਸਾਰਾ ਖੁਲਾਸਾ CCTV ਕੈਮਰੇ ਦੇ ਜ਼ਰੀਏ ਹੋਇਆ। ਜਿਹੜੀ ਸੀਗੀ ਉਹ ਮੇਰੀ ਸੀ ਕਰੀਬ 9 ਵਜੇ ਕਿ ਇੱਕ ਵਿਅਕਤੀ ਅਮਨਦੀਪ ਸਿੰਘ ਏਲੀਅਸ ਗੋਸ਼ੂ ਜਿਹੜੇ ਕਿ ਨਾਭਾ ਦੇ ਰਹਿਣ ਵਾਲੇ ਸੀਗੇ ਕਿ ਉਹਨਾਂ ਦੇ ਸਿਰ ਦੇ ਵਿੱਚ ਇੱਕ ਗੋਲੀ ਜਿਹੜੀ ਹੈਗੀ ਆ ਉਹ ਲੱਗੀ ਹੈ ਅਤੇ ਜਿਹਨੂੰ ਕਿ ਅਸੀਂ ਸਾਡੀ ਸਰਕਾਰੀ ਗੱਡੀ ਦੇ ਵਿੱਚ ਜਿਹੜਾ ਹੈਗਾ ਸੀਗਾ ਉੱਥੇ ਹੋਸਪਿਟਲ ਦੇ ਵਿੱਚ ਪਹੁੰਚਾਇਆ, ਜਿਹਨਾਂ ਨੇ ਫਰਦਰ ਉਹਨਾਂ ਨੂੰ ਕੋਲੰਬੀਆ ਏਸ਼ੀਆ ਹੋਸਪਿਟਲ ਦੇ ਵਿੱਚ ਰੈਫਰ ਕੀਤਾ, ਜਿਹਦੇ ਕਿ ਉੱਥੇ ਜਾ ਕੇ ਉਹਨਾਂ ਨੂੰ ਬਰਾਊਨ ਡੈੱਡ ਘੋਸ਼ਿਤ ਕੀਤਾ ਗਿਆ। ਉਸ ਤੋਂ ਬਾਅਦ ਸੀਗਾ ਜਿਹੜਾ ਉਹਨਾਂ ਦੇ ਨਾਲ ਇੱਕ ਵਿਅਕਤੀ ਸੀਗਾ ਜਿਹੜਾ ਉਹ ਵੀ ਗੱਡੀ ਦੇ ਵਿੱਚ ਸੀ ਅਤੇ ਬਾਅਦ 'ਚ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਸੀਗਾ ਜਿਹੜਾ ਜਿਹਨਾਂ ਨੇ ਕੋਈ ਉਹਦੇ 'ਤੇ ਸ਼ੱਕ ਨਹੀਂ ਸੀ ਜ਼ਾਹਰ ਕੀਤਾ ਅਤੇ 174 ਦੀ ਕਾਰਵਾਈ ਵਾਸਤੇ ਉਹ ਗਏ ਸੀਗੇ। ਫਰਦਰ ਪੁਲਿਸ ਆਪਦੇ ਲੈਵਲ 'ਤੇ ਲੱਗੀ ਹੋਈ ਸੀਗੀ, ਜਿਸ ਦੇ ਵਿੱਚ ਕਿ ਸਾਨੂੰ ਡਿਊਰਿੰਗ ਜਿਹੜੀ ਪੜਤਾਲ ਹੈ ਉਹ SHO ਕੋਤਵਾਲੀ ਨਾਭਾ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ 'ਤੇ ਕਿ ਜੀ ਜਿਹੜਾ ਇੱਕ ਇੱਕ ਸੁਸਾਈਡ ਨਹੀਂ ਹੈ, ਇਹ ਇੱਕ ਹੱਤਿਆ ਕਤਲ ਹੈ ਅਤੇ ਉਸ ਨੂੰ ਅਸੀਂ ਇਨਫੋਰਮੇਸ਼ਨ ਨੂੰ ਫਰਦਰ ਡਿਵੈਲਪ ਕੀਤਾ। ਉਸ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਕਰਦੇ ਅਸੀਂ ਜਿਹੜਾ ਕਿ ਵਕੂਏ ਵਾਲੀ ਜਗ੍ਹਾ ਤੋਂ ਥੋੜ੍ਹੀ ਜਿਹੀ ਦੂਰ ਜਿਹੜਾ ਹੈਗਾ ਉਹ ਇੱਕ CCTV ਕੈਮਰਾਜ਼ ਦੇ ਆਧਾਰ 'ਤੇ ਅਸੀਂ ਜਿਹੜਾ ਹੈਗਾ ਕਿ ਇਹ ਇਸਟੈਬਲਿਸ਼ ਕੀਤਾ ਹੈ, ਜਿਹੜਾ ਕਿ ਸਾਨੂੰ ਅਸੀਂ ਡਿਟੈਕਟ ਕੀਤਾ ਕਿ ਇਹ ਇੱਕ ਮਰਡਰ ਹੈ ਅਤੇ ਉਸ ਦੇ ਵਿੱਚ ਫਰਦਰ ਜਿਹੜਾ ਹੈਗਾ ਅਸੀਂ ਅੱਗੇ ਕਾਰਵਾਈ ਆਰੰਭ ਦਿੱਤੀ ਹੈਗੀ ਹੈ, ਜਿਹਦੇ ਅਧੀਨ ਕਿ ਇੱਕ FIR ਰਜਿਸਟਰ ਕੀਤੀ ਅਸੀਂ ਅੰਡਰ ਸੈਕਸ਼ਨ 302 ਅਤੇ ਨਾਲ ਆਰਮਸ ਐਕਟ ਲਗਾ ਕੇ ਕੋਤਵਾਲੀ ਨਾਭਾ ਦੇ ਵਿੱਚ। ਕਤਲ ਦਾ ਜੀ ਜਿਹੜਾ ਹਾਲੇ ਜੋ ਸਾਨੂੰ ਜਿਵੇਂ ਸੀਕ੍ਰੇਟ ਇਨਫੋਰਮੇਸ਼ਨ ਹੈ ਜਾਂ ਸਾਡੇ ਹੁਣ ਤੱਕ ਦੀ ਪੜਤਾਲ ਹੈ ਉਹਦੇ ਵਿੱਚ ਤਾਂ ਇਹਨਾਂ ਦਾ ਕੋਈ ਆਪਸ ਦੇ ਵਿੱਚ ਫਾਈਨੈਂਸ਼ੀਅਲ ਡਿਸਪਿਊਟ ਚੱਲਦਾ ਸੀਗਾ, ਫਰਦਰ ਜ਼ਿਆਦਾ ਕਲੀਅਰ ਉਦੋਂ ਹੋਊਗਾ ਜਦੋਂ ਅਸੀਂ ਕਿ ਆਰੋਪੀ ਨੂੰ ਫੜਾਂਗੇ। ਕਿੰਨੇ ਕੁ ਦਾ ਹੈਗਾ ਪੈਸਾ? ਦੇਖੋ ਹੁਣ ਜੋ ਫਰਦਰ ਜਿਵੇਂ ਅਸੀਂ ਉਹਨੂੰ ਅਰੈਸਟ ਕਰਦੇ ਹਾਂ ਉਸ ਤੋਂ ਹੀ ਪਤਾ ਲੱਗੂਗਾ, ਫਿਲਹਾਲ ਤਾਂ ਇਹਨਾਂ ਦਾ ਜਿਹੜਾ ਕੋਈ ਹੈਗਾ ਉਹ ਕਾਫੀ ਪੈਸੇ ਦੇ ਲੈਣ ਦੇਣ ਦਾ ਜਿਹੜਾ ਉਹ ਰੌਲਾ ਹੈ। ਆਰੋਪੀ ਦਾ ਨਾਮ ਕੀ ਹੈ ਜੀ? ਆਰੋਪੀ ਧਰਮਜੀਤ ਸਿੰਘ ਏਲੀਅਸ ਸੋਨੀ। ਉਹ ਪਿਸਟਲ ਸੀਗਾ ਜੀ ਜਿਹੜਾ ਰਿਵਾਲਵਰ ਉਹ ਮ੍ਰਿਤਕ ਦਾ ਹੀ ਸੀਗਾ। ਕਿਹੜਾ ਸੀ ਜੀ ਉਹ? 0.32 ਬੋਰ ਹੈ, ਲਾਇਸੈਂਸਡ ਰਿਵਾਲਵਰ ਹੈ। ਇਹ ਆਪਸ ਕੀ ਰਿਸ਼ਤਾ ਕੀ ਸੀਗਾ ਇਹਨਾਂ ਦੋਨਾਂ ਦਾ? ਇਹ ਆਪਸ ਦੇ ਵਿੱਚ ਫਿਲਹਾਲ ਤਾਂ ਜਿਹੜਾ ਹੈਗਾ ਉਹ ਇਹ ਕਿ ਯਾਰ ਦੋਸਤ ਸੀਗੇ। ਕੋਈ ਇਹਨਾਂ ਨੇ ਇਕੱਠੇ ਡਰਿੰਕ ਵਗੈਰਾ ਵੀ ਕੀਤੀ ਕੁਛ ਆਇਆ ਸਾਹਮਣੇ? ਅਸੀਂ ਇਹਦਾ ਹਾਂਜੀ ਇਹ ਹੈਗਾ ਕਿ ਉਹਨਾਂ ਨੇ ਜਿਹੜਾ ਕਿ ਸ਼ਰਾਬ ਪੀਤੀ ਹੋਈ ਸੀਗੀ ਦੋਵਾਂ ਨੇ ਰਲ ਕੇ ਪੀਤੀ ਹੈ ਜੀ। ਠੀਕ ਹੈ ਜੀ। ਆਵਾਜ਼ੀ ਕੰਮ TV ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।